अस्सलाम वालेकुम। अज असी पंजाबी विच डिस्कस करांगे जी। कुछ लोगों की कन्फ्यूजन सी जी बाबा फरीद दा जिहड़ा सवाल है, बाबा फरीद दी शायरी विच इखलाकी दर्स दे हवाले नाल जिहड़ा सवाल सी, ते कुछ लोगों नूं कन्फ्यूजन सी कि उहदे विच की लिखना है। ते वैसे ते मैं ऑलरेडी डिस्कस कीता होया जे तुसी बाबा फरीद दा टॉपिक या जो लैक्चर है मेरे चैनल ते है वो तुसी सुन लो, ते तुहानूं बहुत सारी चीज़ां क्लियर हो जाणगियां। क्योंकि ये जिहड़ा श्लोक का टॉपिक है ये तीन मौजू ने, एक हो गया जी तसव्वुफ का मौजू है, एक रूहानी तालीमात का मौजू है, तो एक अखलाकियात का मौजू है। तो यही तीन मौजू ज ना हर क्लासिक शायर विच डिस्कस होते हैं। तो ये उत्ते ही इश्क, तसव्वुफ, रूहानी तालीमात, अखलाकियात, यही तीन तो चार टॉपिक्स ने जोड़े सारे पाँच या छः जो साढ़े कोर्स विच क्लासिक शायर ने ਉਹਦੇ ਵਿੱਚ ਤੁਹਾਨੂੰ ਸਵਾਲ ਆਏਗਾ। ਅਤੇ ਤੁਸੀਂ ਮੋਰੋਲੈਸ ਇਹੀ ਗੱਲਾਂ ਲਿਖਣੀਆਂ ਨੇ। ਅੱਛਾ, ਕਮਿੰਗ ਬੈਕ ਟੂ ਬਾਬਾ ਫਰੀਦ, ਇਹਦੇ ਵਿੱਚ ਇਖਲਾਕੀਆਤ ਜਾਂ ਅਖਲਾਕੇ ਹਮੀਦਾ ਦੇ ਬਾਰੇ ਜਿਹੜੀ ਗੱਲ ਹੈ ਉਹਦੇ ਵਿੱਚ ਕੀ ਹੈ ਜੀ? ਬਾਬਾ ਫਰੀਦ ਦੀ ਸ਼ਾਇਰੀ ਦੀ ਜਿਹੜੇ ਨਾ ਦੋ ਨੀਹਾਂ ਨੇ ਜਾਂ ਦੋ ਅਸੂਲ ਨੇ, ਉਹਨਾਂ ਦੀ ਸ਼ਾਇਰੀ ਦੀ ਨੀਂਹ ਦੇ ਦੋ ਅਸੂਲ ਨੇ। ਇੱਕ ਹੋ ਗਿਆ ਜੀ ਸ਼ਰੀਅਤ ਮੁਹੰਮਦੀ, ਅਤੇ ਸ਼ਰੀਅਤ ਮੁਹੰਮਦੀਆ ਦੀ ਪਾਬੰਦੀ। ਕਿਉਂ ਜੇ ਤਸੱਵੁਫ ਦੇ ਬਾਰੇ ਗੱਲ ਕਰ ਰਹੇ ਨੇ ਜਾਂ ਰੂਹਾਨੀ ਤਾਲੀਮਾਤ ਦੇ ਬਾਰੇ ਗੱਲ ਕਰ ਰਹੇ ਨੇ, ਤਾਂ ਸ਼ਰੀਅਤ ਮੁਹੰਮਦੀਆ ਦੀ ਪਾਬੰਦੀ ਦੇ ਬਾਰੇ ਗੱਲ ਹੋ ਰਹੀ ਹੈ। ਅਤੇ ਦੂਜੀ ਜਿਹੜੀ ਆ ਜਾਂਦੀ ਹੈ ਉਹ ਜੀ ਇਖਲਾਕ ਦੀ ਬੁਲੰਦੀ। ਉਹਦੇ ਵਿੱਚ ਹੁਣ ਫਰਦਰ ਤੁਹਾਡੇ ਕੋਲ ਸਬ ਹੈਡਿੰਗਸ ਆਉਂਦੀਆਂ ਨੇ ਕਿ ਇਸ ਸਵਾਲ ਨੂੰ ਤੁਸੀਂ ਕਿਸ ਤਰ੍ਹਾਂ ਅਟੈਂਪਟ ਕਰਨਾ ਹੈ। ਪਹਿਲੀ ਆ ਜਾਏਗੀ ਜੀ ਹੌਸਲਾ ਅਤੇ ਤਹੱਮੁਲ, ਸ਼ਰੀਅਤ ਦੀ ਬੁਨਿਆਦੀ ਤਾਲੀਮ ਇਖਲਾਕ ਸਵਾਰਨਾ ਹੈ। ਇਸ ਲਈ ਬਾਬਾ ਫਰੀਦ ਦੇ ਬਹੁਤ ਸਾਰੇ ਸ਼ਲੋਕ ਜਿਹੜੇ ਨੇ ਅਖਲਾਕੀ ਰੰਗ ਵਿੱਚ ਰੰਗੇ ਹੋਏ ਨੇ। ਉਹਨਾਂ ਨੇ ਹੌਸਲਾ, ਤਹੱਮੁਲ, ਬੁਰਦਬਾਰੀ ਅਤੇ ਬਰਦਾਸ਼ਤ ਕਰਨ ਅਤੇ ਬਦੀ ਤੋਂ ਨੇਕੀ ਰਾਹੀਂ ਜਵਾਬ ਦੇਣ ਦਾ ਪ੍ਰਚਾਰ ਕੀਤਾ। ਫਿਰ ਅੱਗੇ ਆ ਜਾਂਦਾ ਜੀ ਸੱਚਾਈ। ਇਹੋ ਜਿਹੇ ਅਖਲਾਕ ਦੀ ਦੂਜੀ ਗੱਲ ਸੱਚਾਈ ਹੈ, ਹੌਸਲਾ, ਤਹੱਮੁਲ, ਸੱਚਾਈ ਹੋ ਗਿਆ। ਫਿਰ ਗਰੂਰ ਅਤੇ ਤਕੱਬਰ ਤੋਂ ਦੂਰ ਰਹਿਣਾ, ਇਨਸਾਨ ਨੂੰ ਆਪਣਾ ਆਪ ਨੀਵਾਂ ਰੱਖਣਾ, ਜ਼ਾਤ ਦੀ ਨਫ਼ੀ ਕਰਨਾ, ਇਸਤਕਾਮਤ ਅਤੇ ਕਨਾਤ ਰੱਖਣਾ, ਮਹਿਰੂਮੀ ਦਾ ਅਹਿਸਾਸ ਨਾ ਹੋਣਾ, ਨਸੀਹਤਾਂ ਦੀ ਭਰਮਾਰ, ਜ਼ੁਬਾਨ ਦੀ ਮਿਠਾਸ। ਜੇ ਇਖਲਾਕ ਦਾ ਕੀ ਹੈ, ਇਖਲਾਕ ਹਸਨਾ ਕੀ ਹੈ? ਜ਼ੁਬਾਨ ਦੀ ਮਿਠਾਸ, ਸਬਰ ਦਾ ਦਰਸ ਹੈ, ਇਹਤਸਾਬ ਦਾ ਸਬਕ ਹੈ। ਇਹੋ ਜਿਹੀਆਂ ਸਾਰੀਆਂ ਗੱਲਾਂ ਜਿਹੜੀਆਂ ਨਾ ਇਖਲਾਕਿਆਤ ਦੇ ਵਿੱਚ ਲਿਖਣੀਆਂ ਨੇ, ਇਖਲਾਕ ਹਮੀਦਾ ਵਿੱਚ ਲਿਖਣੀਆਂ ਨੇ। ਸੱਚਾਈ ਦੇ ਬਾਰੇ 'ਚ ਕਿ ਬਾਬਾ ਫਰੀਦ ਕੀ ਕਹਿੰਦੇ ਜੀ? ਉਹਨਾਂ ਦੀ ਸ਼ਾਇਰੀ ਗਰੂਰ, ਤਕੱਬਰ, ਲੋਭ, ਲਾਲਚ ਅਤੇ ਇਹਨਾਂ ਦੇ ਇਸ ਤਰ੍ਹਾਂ ਦੇ ਜਜ਼ਬਾਤ ਤੋਂ ਪਾਕ ਹੈ। ਆਜਿਜ਼ੀ, ਦਰਮਾਨਦਗੀ, ਕੁਰਬਾਨੀ ਵਰਗੀਆਂ ਸਿਨਫਾਂ ਜਾਂ ਸਿਫਤਾਂ ਦੇ ਬਾਰੇ 'ਚ ਗੱਲ ਕਰਦੇ ਨੇ। ਜਿਵੇਂ ਜੀ ਬੋਲੀਏ ਸੱਚ, ਧਰਮ ਝੂਠ ਨਾ ਬੋਲੀਏ, ਠੀਕ ਹੈ? ਇਸ ਤਰ੍ਹਾਂ ਦੀ ਤੁਸੀਂ ਬਹੁਤ ਸਾਰੀ ਸ਼ੇਰ ਵੀ ਪਾ ਸਕਦੇ ਹੋ। ਗਰੂਰ ਅਤੇ ਤਕੱਬਰ, ਗਰੂਰ ਅਤੇ ਤਕੱਬਰ ਤੋਂ ਪਾਕ ਬੰਦਾ ਰੱਬ ਦੀ ਬਾਰਗਾਹ ਵਿੱਚ ਪਸੰਦੀਦਗੀ ਨਾਲ ਵੇਖਿਆ ਜਾਂਦਾ ਹੈ। ਫਿਰ ਜ਼ਾਤ ਦੀ ਨਫ਼ੀ ਹੈ। ਬਾਬਾ ਜੀ ਕੀ ਕਹਿੰਦੇ ਨੇ ਜੀ? ਖੁਦ ਨੂੰ ਉਹ ਮੁਖਾਤਿਬ ਕਰਕੇ ਪਹਿਲਾਂ ਮੁਹਾਸਬਾ ਕਰਦੇ ਨੇ, ਕਿ ਯਾਨੀ ਸੈਲਫ ਅਨਾਲਿਸਿਸ ਜਿਹੜਾ ਹੁੰਦਾ। ਫਿਰ ਜ਼ਾਤ ਨੂੰ ਕਾਇਨਾਤ ਵੱਲ ਸਫ਼ਰ ਦਾ ਬੁਨਿਆਦੀ ਨੁਕਤਾ ਇਨ ਸਮਝਾਉਂਦੇ ਨੇ। ਕਿਵੇਂ? ਫਰੀਦਾ ਕਾਲੇ ਮੈਂਡੇ ਕੱਪੜੇ ਅਤੇ ਕਾਲਾ ਮੈਂਡਾ ਵੇਸ, ਗੁਨਾਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਫਿਰ ਇਸਤਕਾਮਤ ਅਤੇ ਕਨਾਤ ਦੇ ਬਾਰੇ 'ਚ ਗੱਲ ਕਰਦੇ ਨੇ ਜੀ। ਉਹਨਾਂ ਦੀ ਸ਼ਾਇਰੀ ਪੁਰਖਲੂਸ ਤਬਲੀਗੀ ਮਿਸ਼ਨ ਰਾਹੀਂ ਲੋਭ ਅਤੇ ਲਾਲਚ ਨੂੰ ਤਿਆਗ ਕਰਕੇ ਸਬਰ ਅਤੇ ਇਸਤਕਾਮਤ ਨੂੰ ਆਪਣੀ ਦੌਲਤ ਬਣਾਉਣ ਦਾ ਦਰਸ ਦਿੱਤਾ ਹੈ। ਜਿਵੇਂ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਈ ਜੀ, ਠੀਕ ਹੈ? ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਨੇ। ਫਿਰ ਮਹਿਰੂਮੀ ਦਾ ਅਹਿਸਾਸ ਹੈ, ਹਰ ਸ਼ੈ ਆਪਣੇ ਅਸਲ ਨੂੰ ਪਲਟਦੀ ਹੈ, ਇਨਸਾਨ ਦੀ ਕਸਰਤ ਆਦਮ ਦੀ ਵਹਦਤ ਵਿੱਚ ਗੁੰਮ ਹੋ ਜਾਂਦੀ ਹੈ, ਅਤੇ ਇਸ ਮੰਜ਼ਿਲ ਨੂੰ ਸੂਫੀਆ ਨੇ ਵਹਦਤ ਉਲ ਵਜੂਦ ਕਿਹਾ। ਰੂਹ ਨੂੰ ਵਿਛੋੜੇ ਅਤੇ ਹਿਜਰ ਦਾ ਅਹਿਸਾਸ ਰਹਿੰਦਾ ਹੈ। ਜਦੋਂ ਇਨਸਾਨ ਆਪਣੀ ਰੂਹ ਨੂੰ ਅੱਲਾ ਨਾਲ ਜੋੜ ਲੈਂਦਾ ਹੈ ਤਾਂ ਉਹਦਾ ਮਹਿਰੂਮੀ ਦਾ ਅਹਿਸਾਸ ਮੁੱਕ ਜਾਂਦਾ ਹੈ। ਲੇਕਿਨ ਉਹ ਜਦੋਂ ਦੁਨਿਆਵੀ ਸ਼ੈ ਨਾਲ, ਦੁਨਿਆਵੀ ਚੀਜ਼ਾਂ ਨਾਲ ਆਪਣਾ ਦਿਲ ਲਗਾ ਲੈਂਦਾ ਹੈ, ਅਤੇ ਤਾਂ ਹੀ ਉਹਦਾ ਇਹ ਮਹਿਰੂਮੀ ਜਿਹੜੀ ਉਹ, ਕਿਉਂਕਿ ਉਹਨੂੰ ਸਕੂਨ ਅਤੇ ਖੁਸ਼ੀ ਨਹੀਂ ਲੱਭਦੀ, ਅਤੇ ਮਹਿਰੂਮੀ ਦਾ ਅਹਿਸਾਸ ਬੜ ਜਾਂਦਾ ਜਾਂ ਵੱਧ ਜਾਂਦਾ। ਫਿਰ ਨਸੀਹਤਾਂ ਦੀ ਭਰਮਾਰ ਉਹਨਾਂ ਨੇ ਕੀਤੀ ਹੈ। ਇਖਲਾਕੀਆਤ ਦੀ ਗੱਲ ਹੋਈ ਹੈ ਅਤੇ ਉਹਦੇ ਵਿੱਚ ਉਹਨਾਂ ਨੇ ਬਥੇਰੀਆਂ ਨਸੀਹਤਾਂ ਕੀਤੀਆਂ ਨੇ। ਨਸੀਹਤਾਂ ਦੇ ਮੋਤੀ ਜਿਹੜੇ ਆਪਣੇ ਬੋਲਾਂ ਵਿੱਚ ਇੰਝ ਪਰੋਏ ਨੇ, ਉਹਨਾਂ ਦੀ ਚਮਕ ਕਿਆਮਤ ਤਾਈਂ ਜਗਮਗ ਕਰਦੀ ਰਹਿੰਦੀ ਹੈ ਅਤੇ ਲਸ਼ਕਾ ਮਾਰਦੀ ਹੋਈ ਹੈ।
ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਮਾਸ਼ਰੇ ਦੀ ਤਾਮੀਰ, ਜ਼ਾਤ ਦੇ ਇਸਲਾਮ ਤੇ ਚੰਗੇ اخلاق ਲਈ ਇਸ ਚਮਕ ਤੋਂ ਰਹਿਨੁਮਾਈ ਹਾਸਲ ਕਰਨਾ ਜ਼ਰੂਰੀ ਹੈ। ਠੀਕ ਹੈ, ਇਹ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਫਿਰ ਜ਼ੁਬਾਨ ਦੀ ਮਿਠਾਸ ਦੇ ਬਾਰੇ 'ਚ ਜੀ ਬਾਬਾ ਜੀ ਹੋਰੀ ਤਾਲੀਮ ਦਿੰਦੇ ਨੇ, ਆਪਣੀ ਜ਼ੁਬਾਨ ਵਿੱਚ ਇਨਸਾਨ ਵਿੱਚ ਤਿੰਨ ਖੂਬੀਆਂ ਦੱਸਦੇ ਨੇ। ਇੱਕ ਆਪਣੇ ਅੰਦਰ ਆਜ਼ੀ ਪੈਦਾ ਕਰਨਾ, ਦੂਜੀ ਮਿੱਠੀ ਜ਼ੁਬਾਨ ਅਪਣਾਏ ਅਤੇ ਤੀਜੀ ਆਪਣੀ ਗਲਤੀ ਮੰਨ ਲਵੇ। ਫਿਰ ਸਬਰ ਦਾ ਦਰਸ, ਬਾਬਾ ਜੀ ਆਪਣੇ ਬੋਲਾਂ ਵਿੱਚ ਸਬਰ ਅਤੇ ਤਹੱਮੁਲ ਦਾ ਵੀ ਦਰਸ ਦਿੱਤਾ ਹੈ। ਹਰ ਦੁੱਖ ਅਤੇ ਮੁਸੀਬਤ ਨੂੰ ਬਰਦਾਸ਼ਤ ਕਰਨ ਦੀ ਤਬਲੀਗ ਕੀਤੀ ਹੈ, ਕਿਉਂਕਿ ਅੱਲਾ ਮਾ ਜਿਹੜਾ ਹੈ ਨਾ ਉਹ ਇਨ ਅੱਲਾਹ ਮਾ ਸਾਬਰੀਨ, ਅੱਲਾ ਸਬਰ ਕਰਨ ਵਾਲਿਆਂ ਦੇ ਨਾਲ ਹੈ। ਇਸ ਲਈ ਉਹਨਾਂ ਨੇ ਹਰ ਤਰ੍ਹਾਂ ਦੇ, ਕਿਉਂਕਿ ਜਿਹੜੇ ਸਾਰੇ ਸੂਫੀ ਸ਼ਾਇਰ ਨੇ ਉਹ ਆਪ ਵੀ ਸਬਰ ਕਰਦੇ ਨੇ, ਲੋਕ ਉਹਨਾਂ ਨੇ ਦੇ ਨਾਲ ਬਹੁਤ ਭੈੜਾ ਸਲੂਕ ਕੀਤਾ, ਪਰ ਉਹਨਾਂ ਦੇ ਜਿਹੜੇ ਸਲੂਕ ਨੂੰ ਉਹਨਾਂ ਨੇ ਸਬਰ ਤੋਂ ਅਜ਼ਮਾਇਆ ਹੈ, ਯਾਨੀ ਕਿ ਉਹਨਾਂ ਨੇ ਆਪਣੇ ਆਪ ਨੂੰ ਵੀ ਸਬਰ 'ਤੇ ਲਾਇਆ ਅਤੇ ਲੋਕਾਂ ਨੂੰ ਵੀ ਇਹੀ ਤਲਕੀਨ ਕੀਤੀ ਕਿ ਤੁਸੀਂ ਸਬਰ ਕਰੋ। ਫਿਰ ਇਹਨਾਂ ਨੇ ਇਹਤਸਾਬ ਦਾ ਸਬਕ ਦਿੱਤਾ, ਯਾਨੀ ਕਿ ਹਰ ਇੱਕ ਨੂੰ ਜਿਹੜਾ ਨਾ ਆਪਣੇ ਆਪ ਨੂੰ ਖੋਲ੍ਹ ਕੇ ਜਾਂ ਪਰਖਣਾ ਚਾਹੀਦਾ, ਆਪਣਾ ਇਹਤਸਾਬ ਉਹਨੂੰ ਆਪ ਕਰਨਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਜੀ ਕੋਈ ਦੂਜਾ ਆ ਕੇ ਤੁਹਾਡਾ ਇਹਤਸਾਬ ਕਰੇ, ਬਲਕਿ ਤੁਸੀਂ ਆਪ ਆਪਣਾ ਇਹਤਸਾਬ ਕਰੋ ਤਾਂ ਕਿ ਤੁਹਾਨੂੰ ਸੈਲਫ ਅਨਾਲਿਸਿਸ ਪਤਾ ਲੱਗ ਸਕੇ ਅਤੇ ਲੋਕ ਜਿਹੜਾ ਨਾ ਆਪਣੇ ਆਪ ਦੀ ਇਸਲਾਹ ਵੀ ਕਰ ਸਕਣ। ਠੀਕ ਹੈ, ਇਹੀ ਸਾਰੀਆਂ ਗੱਲਾਂ ਸਨ ਇਖਲਾਕੀਆਤ ਵਿੱਚ। ਕੋਈ ਵੱਡੀ ਚੌੜੀ ਗੱਲ ਨਹੀਂ ਸੀ, ਕੋਈ ਮੁਸ਼ਕਿਲ ਗੱਲ ਨਹੀਂ ਸੀ, ਅਤੇ ਆਈ ਹੋਪ ਹੁਣ ਤੁਹਾਨੂੰ ਥੋੜ੍ਹਾ ਜਿਹਾ ਕਲੀਅਰ ਹੋ ਚੁੱਕਿਆ ਹੋਗਾ। ਰੈਸਟ ਤੁਸੀਂ ਜਿਹੜਾ ਨਾ ਉਹ ਲੈਕਚਰ 1 ਵੀ ਸੁਣ ਸਕਦੇ ਹੋ ਬਾਬਾ ਫਰੀਦ ਦਾ, ਜੇ ਤੁਸੀਂ ਤੁਹਾਨੂੰ ਉੱਥੋਂ ਨਾ ਕਲੀਅਰ ਹੋਏ ਤਾਂ ਤੁਸੀਂ ਇਸ ਲੈਕਚਰ ਸੁਣ ਲਿਓ ਪ੍ਰੋਪਰ, ਜਿਹਾ ਜਾਂ ਤੁਸੀਂ ਕਹਿ ਲਓ ਕਿ ਇੱਕ ਸਿਰਫ ਜਿਹੜਾ ਨਾ ਅਖਲਾਕੀਆਤ ਦੇ ਬਾਰੇ 'ਚ ਗੱਲ ਕੀਤੀ ਗਈ ਹੈ ਇਹਦੇ ਵਿੱਚ। ਠੀਕ ਹੈ ਜੀ, ਹੋਰ ਕੋਈ ਸਵਾਲ ਹੋਈ ਤਾਂ, ਕੋਈ ਮੁਸ਼ਕਿਲ ਹੋਏ, ਕੋਈ ਸਵਾਲ ਨਾ ਸਮਝ ਆ ਰਹੇ, ਤੁਸੀਂ ਮੈਨੂੰ ਪੁੱਛ ਸਕਦੇ ਹੋ। ਥੈਂਕ ਯੂ ਸੋ ਮਚ, ਅੱਲਾ ਹਾਫਿਜ਼।